ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰ ਰਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ। ਅਤੇ ਗਾਈਜ਼, ਅੱਜ ਕਰਨ ਲੱਗੇ ਸੀ ਆਪਾਂ ਰਸੋਈ ਦੀ ਸਫਾਈ, ਰਸੋਈ ਦੀ ਸਫਾਈ ਕਰਨ ਲੱਗੇ ਸੀ ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵਲੌਗ ਦੀ ਸ਼ੁਰੂਆਤ ਵੀ ਕਰ ਲੈਣਾ। ਦੇਖ ਲਓ ਕਿੰਨਾ ਕੁਛ ਕਲਾਰਾ ਕੱਢ ਲਿਆ ਰੋਜ਼ ਰੋਜ਼ ਕਰਦੇ ਕਰਦੇ ਵੀ ਸਾਡਾ, ਦੇਖ ਲਓ ਕਿੰਨਾ ਬੁਰਾ ਹਾਲ ਰਸੋਈ ਦਾ। ਅਤੇ ਇੱਧਰ ਕਰਾਂਗੇ ਆਪਾਂ ਸਾਰੀ ਸਾਫ਼ ਸਫਾਈ, ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਾਂਗੇ ਅਤੇ ਆਪਣੇ ਵਾਹਿਗੁਰੂ ਦਾ ਨਾਮ ਲੈ ਕੇ। ਇੱਧਰ ਤਾਂ ਕਰ ਲਈ ਆਪਾਂ ਰਸੋਈ ਦੀ ਸਫਾਈ ਆ, ਦੇਖ ਲਓ ਕਿੰਨਾ ਬੁਰਾ ਹਾਲ ਹੋ ਗਿਆ। ਔਰ ਡੇਲੀ ਕਰਨ ਦੇ ਵਿੱਚ, ਕਿਉਂਕਿ ਖਾਨਿਆਂ ਦੇ ਵਿੱਚ ਇੰਨਾ ਗੰਦ ਪੈ ਗਿਆ ਨਾ, ਬਸ ਪੁੱਛੋ ਨਾ। ਪਤਾ ਨਹੀਂ ਤਾਂ ਕੋਕਰੇਜ ਵਗੈਰਾ ਵੜਦੇ ਆ ਕਿ ਕਿਚ ਵੜਦਾ, ਇਹਨਾਂ 'ਚ ਪਤਾ ਨਹੀਂ ਲੱਗਦਾ ਸਾਨੂੰ, ਸਮਝ ਨਹੀਂ ਆ ਰਹੀ। ਜਾਂ ਚੀਜ਼ਾਂ ਡੁੱਲ ਜਾਂਦੀਆਂ, ਕੀ ਹੁੰਦਾ, ਇੰਨਾ ਰੱਖਦੇ ਸਾਫ਼ ਸਾਫ਼ ਰੱਖਦੇ ਰੱਖਦੇ ਵੀ ਸਾਡਾ ਇਹ ਹਾਲ ਹੋ ਗਿਆ ਰਸੋਈ ਦਾ। ਅਤੇ ਵਧੀਆ ਤਰੀਕੇ ਨਾਲ ਦੇਖ ਲਓ, ਰੋਜ਼ ਕਰਨਾ ਚਾਹੀਦਾ ਆਪਾਂ ਨੂੰ, ਜਿੰਨੀ ਆਪਾਂ ਰਸੋਈ ਸਾਫ਼ ਕਰਾਂਗੇ। ਮਤਲਬ ਕੋਟਨ ਦੀ ਚੁੰਨੀ ਦੇ ਦੇਣੀ ਉਹਨਾਂ ਨੂੰ, ਇਹ ਨਹੀਂ ਚੁੰਨੀ ਮੇਰੀ, ਇਹ ਤਾਂ ਸਲਿਪ ਹੋ ਰਹੀ ਹੈ। ਅਤੇ ਲਓ ਗਾਈਸ, ਇੱਧਰ ਰੱਖਦੀ ਆਪਾਂ ਸਾਰੇ ਸਮਾਨ ਬਾਹਰ ਕੱਢਿਆ ਸੀ ਨਾ, ਅਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਧੁੱਪ ਲਗਵਾਉਣੀ ਹੈ ਧੁੱਪ ਲਗਵਾ ਲਈਏ, ਕਿਉਂਕਿ ਨਾ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਥੋੜ੍ਹੀ ਸਿਲਨ 'ਚ ਹੀ ਫੜ ਜਾਂਦੀਆਂ ਅੰਦਰ ਪਈਆਂ ਪਈਆਂ। ਵੈਸੇ ਵੀ ਸਾਨੂੰ ਨਾ ਹਰ ਚੀਜ਼ ਨੂੰ 15-20 ਦਿਨਾਂ ਬਾਅਦ ਧੁੱਪ ਲਗਵਾਉਣੀ ਚਾਹੀਦੀ ਹੈ। ਅਤੇ ਲਓ ਜੀ, ਇਹ ਤਾਂ ਬਿਨਾਂ ਡੱਬਿਆਂ ਤੋਂ ਜਿਹੜਾ ਸਮਾਨ ਪਿਆ ਹੋਇਆ ਸੀਗਾ ਥੋੜ੍ਹਾ ਜਿਹਾ, ਅਤੇ ਜੇ ਕਈ ਵਾਰੀ ਹੁੰਦਾ ਨਾ ਆਪਾਂ ਦਾਲਾਂ ਡੱਬਿਆਂ ਦੇ ਵਿੱਚ ਪਾ ਲੈਂਦੇ ਹਾਂ ਅਤੇ ਬਾਕੀ ਸਾਡਾ ਸਮਾਨ ਬਚ ਜਾਂਦਾ, ਅਤੇ ਕਈ ਵਾਰੀ ਲਿਫਾਫਿਆਂ ਦੇ ਵਿੱਚ ਹੁੰਦਾ, ਅਤੇ ਮੈਂ ਕਿਹਾ ਸੀ ਚਲੋ ਦਾਲਾਂ, ਇਹਨਾਂ ਦਾਲਾਂ ਨੂੰ ਵੀ ਆਪਾਂ ਲਗਵਾ ਦਿੰਦੇ ਹਾਂ ਧੁੱਪ। ਅਤੇ ਅੱਜ ਤਾਂ ਧੁੱਪ ਸੱਚੀ ਪੁੱਛੋ ਕਰੜੀ, ਮੈਂ ਅੱਜ ਕਹਿੰਦੀ ਹਾਂ 50 ਡਿਗਰੀ ਤੋਂ ਵੀ ਉੱਤੇ ਜਿਵੇਂ ਹੁੰਦਾ ਨਾ ਟੈਂਪਰੇਚਰ। ਅਤੇ ਲਓ ਜੀ, ਇੱਧਰ ਕਰਨ ਲੱਗੇ ਸੀ ਆਪਾਂ ਨੂੰ ਸਾਫ਼, ਅਤੇ ਵੈਸੇ ਤਾਂ ਗਰਮੀ ਦੇ ਵਿੱਚ ਬਿਲਕੁਲ ਮਨ ਵੀ ਨਹੀਂ ਸੀ ਕਰ ਰਿਹਾ ਸਾਫ਼ ਕਰਨ, ਫਿਰ ਮੈਂ ਕਿਹਾ ਜੇ ਨਾ ਕਰੀਏ ਨਾ ਫਿਰ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ। ਅਤੇ ਮੈਨੂੰ ਉਹ ਚੁੰਨੀ ਮੇਰੀ ਸਲਿਪ ਹੋ ਰਹੀ ਸੀ, ਮੈਂ ਲੈ ਲਈ ਦੂਜੀ ਕੋਟਨ ਦੀ ਚੁੰਨੀ, ਵਾਰ ਵਾਰ ਸਲਿਪ ਹੋਈ ਜਾ ਰਹੀ ਸੀ। ਅਤੇ ਜੇਕਰ ਤੁਸੀਂ ਮਿਕਸੀ ਵਗੈਰਾ ਇੱਦਾਂ ਦੇ ਸਾਫ਼ ਕਰਨੀ ਹੁੰਦੀ ਹੈ ਤਾਂ ਜਿਹੜਾ ਬ੍ਰੱਸ਼ ਨਹੀਂ ਹੁੰਦਾ ਟੁੱਥ ਬ੍ਰੱਸ਼, ਉਹਦੇ ਨਾਲ ਸਾਫ਼ ਕਰਿਓ, ਸਾਫ਼ ਕਰਿਆ ਕਰੋ, ਬਹੁਤ ਵਧੀਆ ਸਾਫ਼ ਹੁੰਦੀ। ਅਤੇ ਥੋੜ੍ਹਾ ਜਿਹਾ ਜਿਵੇਂ ਆ ਗੰਦ ਜਿਹਾ ਜੰਮ ਹੀ ਜਾਂਦਾ, ਵੈਸੇ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ ਤਾਂ ਵੀ ਦੇਖ ਲਓ ਹੋ ਹੀ ਜਾਂਦਾ ਇਹਦੇ 'ਤੇ ਨਾ ਹੱਥ ਹੁੱਥ ਲੱਗ ਕੇ, ਕਿਉਂਕਿ ਵਾਈਟ ਹੁੰਦੀ ਹੈ ਨਾ ਅਤੇ ਦਾਗ ਜੇ ਪੈ ਹੀ ਜਾਂਦੇ ਨੇ। ਮੈਂ ਕਿਹਾ ਚਲੋ ਸਾਰੇ ਅੱਜ ਚੀਜ਼ਾਂ ਸਾਫ਼ ਸਫਾਈ ਕਰਕੇ ਦੇਖ ਲਓ ਖਲਾਰ, ਹੁਣ ਇਹਨੂੰ ਆਪਾਂ ਸਾਰੇ ਨੂੰ ਸਾਂਭਾਂਗੇ ਅਤੇ ਵਧੀਆ ਤਰੀਕੇ ਨਾਲ ਰਸੋਈ ਦੀ ਕਰ ਦਾਂਗੇ ਆਪਾਂ ਸਫਾਈ, ਠੀਕ ਹੈ ਜੀ। ਬਾਕੀ ਤਦ ਤੱਕ ਤੁਸੀਂ ਬਣੇ ਰਹੋ, ਇਹ ਸਾਡਾ ਸਨਮਾਇਕਾ ਬਹੁਤ ਵਧੀਆ ਹੈ, ਇਹਦੇ ਨਾਲ ਨਾ ਜਿਵੇਂ ਆਪਾਂ ਗਿੱਲਾ ਕੱਪੜਾ ਜਾਂ ਕੁਛ ਮਾਰਦੇ ਹਾਂ ਨਾ, ਇੱਕਦਮ ਸਾਫ਼ ਹੋ ਜਾਂਦਾ ਸਰਫ਼ ਪਾ ਕੇ ਮਾਰ ਕੇ, ਫਿਰ ਉਸ ਤੋਂ ਬਾਅਦ ਇਹਨੂੰ ਜਿਵੇਂ ਸੁੱਕਾ ਕੱਪੜਾ ਮਾਰ ਦਿੰਦੇ ਹਾਂ ਤਾਂ ਹੀ ਸਾਫ਼ ਰਹਿੰਦਾ ਹੈ। ਆ ਦੇਖੋ ਜਿੱਦਾਂ ਬਰੀਕ ਬਰੀਕ ਹੁੰਦੇ ਨਾ, ਅਤੇ ਬ੍ਰੱਸ਼ ਨਾਲ ਸਾਫ਼ ਕਰਕੇ ਨਾ ਸਾਫ਼ ਕੱਪੜਾ ਉੱਤੇ ਕੋਟਨ ਦੇ ਨਾਲ ਕਰ ਦਿਆ ਕਰੋ, ਇਹਦੇ ਸਾਰੇ ਨਿਕਲ ਜਾਂਦੀ ਗੰਦਗੀ ਜੀ ਬਾਹਰ। ਦੇਖੋ ਆਪਾਂ ਕਰਤੀ ਸਾਫ਼ ਸਫਾਈ, ਆਪਾਂ ਰਸੋਈ ਸਾਰੀ ਅੱਜ ਇੱਕਦਮ ਖਾਲੀ ਕਰਕੇ ਸਾਰੀ ਸਾਫ਼ ਕਰਦੇ ਹੋ, ਹੁਣ ਆਪਾਂ ਬਸ ਲਾਵਾਂਗੇ ਆਪਣੇ ਭਾਂਡੇ ਟੇਂਡੇ। ਅਤੇ ਰਸੋਈ ਦੇ ਨੀਚੋਂ ਦੇਖ ਲਓ ਫਰਸ਼ ਦਾ, ਦੇਖ ਲਓ ਸਾਡੀ ਅੱਜ ਕੀ ਹਾਲ ਹੋ ਗਿਆ, ਐਸੀ ਰਸੋਈ 'ਚ ਤਾਂ ਬਣਾਉਣ ਨੂੰ ਵੀ ਕੁਛ ਜੀ ਕਰ ਰਹੇ, ਐਸੀ ਬੁਰੀ ਹਾਲਤ ਹੋ ਗਈ ਅੱਜ ਸਾਡੀ ਰਸੋਈ ਦੀ। ਦੇਖ ਲਓ ਰੋਜ਼ ਕੰਮ ਕਰਦੇ ਕਰਦੇ ਡੇਲੀ ਕਰੀਦਾ ਤਦ ਵੀ ਸਾਡੀ ਰਸੋਈ ਦਾ ਦੇਖ ਲਓ ਹਾਲ,
ਸਾਰੇ ਭਾਂਡੇ ਭੁੰਡੇ ਮੈਂ ਦੁਬਾਰਾ ਸਾਫ਼ ਕਰਦੇ, ਗਲਾਸ ਮਾਂਜ ਤੇ ਆਪਣੇ ਤੇ ਲਓ ਜੀ ਇੱਧਰ ਛੋਟੇ ਛੋਟੇ ਭਾਂਡੇ ਆ ਜਿਹੜੇ ਸਾਫ਼ ਕੀਤੇ ਆ, ਆਪਾਂ ਰੱਖ ਦਿੰਦੇ ਹਾਂ ਧੁੱਪੇ, ਵਧੀਆ ਤਰੀਕੇ ਨਾਲ ਧੁੱਪ ਲੱਗ ਜੂਗੀ। ਸੁਕਾ ਕੇ ਆਪਣੇ ਸਾਰੇ ਭਾਂਡੇ, ਅਤੇ ਇੱਕ ਦਿਨ ਪਹਿਲਾਂ ਆਪਾਂ ਰਸੋਈ ਸਾਰੇ ਅੰਦਰਲੇ ਖਾਨੇ ਸਟੀਲ ਦੀਆਂ ਪਲੇਟਾਂ ਵਗੈਰਾ ਸਾਰੀਆਂ ਸਾਫ਼ ਕਰ ਦਿਆਂ ਸੀ, ਅੱਜ ਸਾਡੇ ਖਾਨੇ ਹੋ ਗਏ ਨੇ ਸਾਫ਼। ਅਤੇ ਲਓ ਜੀ ਇੱਧਰ ਆ ਗਈ ਸੀ ਛਾਂ, ਦੇਖ ਲਓ ਹੁਣ ਆਪਾਂ ਸਾਰੇ ਭਾਂਡੇ ਭੁੰਡੇ ਲਾ ਦਿੰਦੇ ਹਾਂ। ਹੁਣ ਥੋੜ੍ਹਾ ਜਿਹਾ ਮੈਨੂੰ ਸੀਗਾ, ਮੈਂ ਕਿਹਾ ਧੁੱਪ ਲੱਗ ਜਾਏਗੀ ਨਾ ਵਧੀਆ ਰਹਿੰਦਾ, ਜਿਵੇਂ ਦਾਲਾਂ ਵਗੈਰਾ ਲਵਾ ਲਈ ਸੀ, ਫੁੱਲਵੜੀਆਂ ਸੀਗੀਆਂ ਅਤੇ ਇੱਧਰ ਪਿਆ ਸੀਗੇ, ਬਹੁਤ ਸਮਾਨ ਸੀਗਾ ਜਿਹਨੂੰ ਅੱਜ ਧੁੱਪ ਲੱਗ ਗਈ। ਵੈਸੇ ਵੀ ਸਾਨੂੰ ਧੁੱਪ ਤਾਂ ਲਗਵਾਉਂਦੇ ਰਹਿਣੇ ਚਾਹੀਦੇ, ਅਤੇ ਰਸੋਈ ਜਦੋਂ ਸਾਫ਼ ਕਰਨ ਲੱਗੋ ਤਾਂ ਤੁਹਾਨੂੰ ਵੀ ਪਤਾ ਗਾਈਜ਼ ਬਹੁਤ ਸਾਰਾ ਖਲਾਰਾ ਪੈ ਜਾਂਦਾ ਹੁੰਦਾ, ਅਤੇ ਸਾਫ਼ ਕਰਨੀ ਇਹ ਸੌਖਾ ਤਾਂ ਕੰਮ ਹੈ ਨਹੀਂ, ਹੈ ਨਾ, ਕਹਿ ਤਾਂ ਦਿੰਦੇ ਹਾਂ ਨਾ, ਕੰਮ ਖਲਾਰਾ ਪਾਉਣਾ ਸੌਖਾ ਅਤੇ ਸਾਂਭਣਾ ਬਹੁਤ ਔਖਾ, ਅਤੇ ਰਸੋਈ ਤਾਂ ਹੀ ਤੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ। ਅਤੇ ਹੁਣ ਆਪਾਂ ਸਾਰੇ ਭਾਂਡੇ ਲਾ ਕੇ ਅਤੇ ਬਾਕੀ ਸਾਰੀ ਸਫਾਈ ਕਰਕੇ ਇਹਦੀ ਬਾਕੀ ਕਰਦੇ ਹਾਂ ਫਿਰ ਵੀਡੀਓ ਦਾ ਐਂਡ। ਅਤੇ ਥੈਂਕ ਯੂ ਤੁਹਾਡਾ ਬਹੁਤ ਸਾਰਾ ਪਿਆਰ ਦੇਣ ਲਈ। ਪਿਆਰ ਦੇਖੋ ਇਹਨਾਂ ਸੌਂਪ ਸੀ ਅਚਾਰ ਵਾਸਤੇ ਲਿਆਉਂਦੇ ਹੋਈਏ, ਮੈਂ ਕਿਹਾ ਚਲੋ ਧੁੱਪ ਵਗੈਰਾ ਲਗਵਾ ਦਿੰਦੇ ਹਾਂ, ਇਹ ਲਏ ਸੀ ਗੋਲ ਗੱਪੇ ਅਤੇ ਆਹ ਮੈਂ ਜਾਰ ਧੋਤੇ ਸੀ, ਬਾਕੀ ਭਾਂਡੇ ਅਸੀਂ ਅੰਦਰ ਧੋ ਕੇ ਲਾ ਲਏ ਨੇ, ਬਾਕੀ ਦੇਖਦੇ ਹਾਂ ਜੀ। ਪਰ ਕਹਿੰਦੇ ਆ ਨਾ ਜਨਾਨੀਆਂ ਤਾਂ ਘਰ ਨੂੰ ਚਾਹੇ ਸਵਰਗ ਬਣਾ ਦਿੰਦੇ ਅਤੇ ਚਾਹੇ ਕੁਛ ਵੀ, ਭਾਈ ਕਦਰ ਤਾਂ ਸਾਡੀ ਫਿਰ ਹੋ ਜੀ ਹੋਈ ਹੈ, ਫਿਰ ਪਤਾ ਕੀ ਕਹਿ ਦਿੰਦੇ ਆ ਕੇ ਕੀਤਾ ਕੀ ਹੈ ਬਾਕੀ। ਚਲਾ ਦਿਓ ਹੁਣ ਆਪਣੇ ਭਾਂਡੇ, ਹੁਣ ਸਾਡੀ ਰਸੋਈ ਬਿਲਕੁਲ ਸਾਫ਼ ਸੁਥਰੀ ਜਮੀ ਨਵੀਂ ਨਵੀਂ ਬਣਾ ਛੱਡੀ ਆਪਾਂ, ਅੱਜ ਵਿੱਚੋਂ ਵਿੱਚੋਂ ਜਿਵੇਂ ਹੱਥ ਮਾਰਦੇ ਰਹੋ ਨਾ ਸਾਫ਼ ਕਰਦੇ ਰਹੋ ਤਾਂ ਵੀ ਦੇਖ ਲਓ ਇਹ ਹਾਲ ਹੈ। ਹਾਲਾਂਕਿ ਅਸੀਂ ਹਰ ਹਫ਼ਤੇ ਨੂੰ ਸਾਫ਼ ਕਰੀਦਾ,
ਦੇਖੋ ਸਾਰੇ ਖਾਨੇ ਖੁਨੇ ਸਾਫ਼ ਕਰ ਦਿੱਤੇ ਨੇ ਤੇ ਮੱਖੀ ਦੇਖ ਲਓ ਕਿਉਂਕਿ ਬਹੁਤ ਜ਼ਿਆਦਾ ਕਿਚਮਿਚ ਜੀ ਹੋ ਗਈ ਦੇਖ ਲਓ ਸਾਰੇ ਭਾਂਡੇ ਟੋਕਰਾ ਸਾਰਾ ਸਾਫ਼ ਕਰ ਲਿੱਤਾ ਸੀਗਾ ਵਧੀਆ ਤਰੀਕੇ ਨਾਲ ਅਤੇ ਬਾਕੀ ਬਸ ਰਹਿ ਗਈ ਹੁਣ ਸਾਡੀ ਸਿਰਫ ਨੀਚੇ ਇਹਦੀ ਸਫਾਈ ਕਰਕੇ ਵੀਡੀਓ ਦਾ ਕਰਦੀ ਐਂਡ ਅਤੇ ਵਧੀਆ ਜਿਹਾ ਪਿਆਰ ਦਿਆ ਕਰੋ ਮੇਰੀ ਵੀਡੀਓ ਨੂੰ ਥੈਂਕ ਯੂ ਪਿਆਰ ਦੇਣ ਵਾਲਿਆਂ ਨੂੰ ਵੀ ਬਹੁਤ ਸਾਰਾ ਸ਼ੁਕਰੀਆ ਠੀਕ ਹੈ ਜੀ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਖੁਸ਼ ਰਹੋ ਅਤੇ ਤੁਸੀਂ ਵੀ ਇੱਦਾਂ ਹੀ ਡੇਲੀ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਨਾ ਕਰਦੇ ਰਿਹਾ ਕਰੋ ਸਾਫ਼ ਸਫਾਈ ਆਪਾਂ ਜਿੰਨੀ ਆਪਣੀ ਰਸੋਈ ਸਾਫ਼ ਸੁਥਰੀ ਰੱਖਾਂਗੇ ਤਾਂ ਉੰਨੀ ਸਾਡੀ ਰਸੋਈ ਦੇ ਵਿੱਚ ਬਰਕਤ ਹੁੰਦੀ ਹੈ ਹਮੇਸ਼ਾ ਸਾਡੀ ਬਰਕਤ ਦਾ ਰਾਜ ਹੀ ਸਾਫ਼ ਸਫਾਈ ਅਤੇ ਸੁੱਚਮ ਹੁੰਦੀ ਹੈ ਅਤੇ ਜੋ ਕੰਮ ਕਰਦੇ ਆਪਣੇ ਵਾਹਿਗੁਰੂ ਦਾ ਨਾਮ ਲੈ ਕੇ ਕਰਿਆ ਕਰੋ ਠੀਕ ਹੈ ਜੀ ਪਰਮਾਤਮਾ 'ਤੇ ਬਰਕਤ ਪਾਉਂਦਾ ਸਭ ਦਾ ਭਲਾ ਸੋਚਿਆ ਕਰੋ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਤੁਹਾਡਾ ਅਤੇ ਬਾਕੀ ਰਹਿ ਗਈ ਜੀ ਬਸ ਥੱਲੇ ਥੱਲੇ ਦੀ ਸਫਾਈ ਹੁਣ ਕਰਕੇ ਮੈਂ ਦੇਖ ਲਓ ਫਾਰ ਬਾਕੀ ਆ ਦੇਖ ਲਓ ਸਾਰੀ ਆਪਾਂ ਸੈਟਿੰਗ ਕਰਤੀ ਜਿੰਨੀ ਹੋਈ ਤੀਜੇ ਚੌਥੇ ਦਿਨ ਦੇਖੋ ਜੀ ਆਪਾਂ ਤਾਂ ਕਰਦੇ ਰਹਿੰਦੇ ਹਾਂ ਹਫ਼ਤੇ ਬਾਅਦ ਤੀਜੇ ਚੌਥੇ ਜਿਸ ਦਿਨ ਵੀ ਸਾਡਾ ਥੋੜ੍ਹਾ ਬਹੁਤ ਸਾਡੇ ਕੋਲ ਟਾਈਮ ਹੋਵੇ ਨਾ ਹੁਣ ਸਾਨੂੰ ਰੋਟੀ ਦੀ ਸਮਝ ਨਹੀਂ ਆ ਰਹੀ ਅਸੀਂ ਕੀ ਬਣਾਵਾਂਗੇ ਬਾਕੀ ਦੇਖਦੇ ਹਾਂ ਨਹੀਂ ਵੀ ਜਦੋਂ ਸਾਡੇ ਕੋਲ ਕੁਛ ਸੁੱਝਦਾ ਹੁੰਦਾ ਨਾ ਜਦੋਂ ਸਾਨੂੰ ਲੱਗਦਾ ਕਿ ਅੱਜ ਖਾਣ ਵਾਲੇ ਥੋੜ੍ਹੇ ਬਾਹਰ ਹੈ ਬਾਹਰੋਂ ਖਾ ਕੇ ਆਉਣਗੇ ਫਿਰ ਸਾਨੂੰ ਹੁੰਦਾ ਵੀ ਆਪਣੇ ਘਰ ਦਾ ਕੰਮ ਕਰ ਲਈਏ ਅਤੇ ਅਸੀਂ ਤਾਂ ਬਣਾ ਲੈਂਦੇ ਹੁੰਦੇ ਜੀ ਆਲੂ ਵਾਲੇ ਚਾਵਲ ਬਾਕੀ ਦੇਖਦੇ ਹਾਂ ਜੀ ਲਓ ਗਾਈਸ ਇਹ ਵੱਜ ਗਿਆ ਹੁਣ ਇੱਕ ਵਾਰੀ ਪਾ ਮਾਰਿਆ ਸੀ ਆਪਾਂ ਹੁਣ ਚੰਗੀ ਤਰ੍ਹਾਂ ਫਿਨਾਈ ਪਾ ਕੇ ਦੂਜਾ ਪੋਚਾ ਮਾਰ ਦਿੰਦੇ ਹਾਂ ਹੁਣ ਕਰਾਂਗੇ ਥੋੜ੍ਹੀ ਦੇਰ ਆਰਾਮ ਫਿਰ ਆਪਾਂ ਬਣਾਵਾਂਗੇ ਰੋਟੀ ਦੇਖਦੇ ਹਾਂ ਜੀ ਅਸੀਂ ਆਲੂ ਵਾਲੇ ਚਾਵਲ ਹੀ ਬਣਾਵਾਂਗੇ ਬਾਕੀ ਹੋਰ ਤਾਂ ਕੁਛ ਨਹੀਂ ਬਣਾਉਣ ਲੱਗੇ ਹੋ ਅਤੇ ਥੈਂਕ ਯੂ ਸੋ ਮੱਚ ਮਿਲਾਂਗੇ ਤਲ ਕੱਲ੍ਹ ਤੁਹਾਨੂੰ ਨਵੇਂ ਲੋਕ ਕੱਲ੍ਹ ਦੀ ਜਗ੍ਹਾ ਵੀ ਤਲ ਬੋਲਣ ਲੱਗ ਗਏ ਅਸੀਂ ਇੰਨੇ ਥੱਕ ਗਏ ਅਤੇ ਕੁਛ ਗਰਮੀ ਬਹੁਤ ਹੋਈ ਵੀ ਸੱਚੀ ਮਨ ਨਹੀਂ ਕਰਦਾ ਹੁਣ ਕੁਛ ਵੀ ਕਰਨੇ ਨੂੰ ਅਤੇ ਥੋੜ੍ਹੀ ਦੇਰ ਸਾਨੂੰ ਦਿਓ ਰੈਸਟ ਬਾਕੀ ਸੋਹਣਾ ਜਿਹਾ ਪਿਆਰਾ ਜਿਹਾ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਆਹ ਦੇਖ ਲਓ ਸਾਡੀ ਸਾਰੀ ਰਸੋਈ ਨੀਟ ਐਂਡ ਕਲੀਨ ਬਿਲਕੁਲ ਜਿਹਨੂੰ ਡੀਪ ਕਲੀਨਿੰਗ ਕਹਿ ਦਿੰਦੇ ਨਾ ਉਹ ਕਰਦੀ ਆ ਅਤੇ ਲਓ ਜੀ ਇੱਧਰ ਕਰ ਲਈ ਸਾਰੀ ਰਸੋਈ ਸਾਫ਼ ਹੁਣ ਆਪਾਂ ਚੰਗੀ ਤਰ੍ਹਾਂ ਇੱਕ ਵਾਰ ਗੰਦਾ ਪੋਚਾ ਮਾਰ ਕੇ ਫਿਰ ਫਿਨਾਈਲ ਦਾ ਪੋਚਾ ਵੱਜ ਜਾਏਗਾ ਫਿਰ ਦੇਖਿਓ ਸਾਰੀ ਇੱਕਦਮ ਸਾਫ਼ ਸਫਾਈ ਜਮੀ ਇੱਕਦਮ ਕਲੀਨ ਹੋ ਜਾਣੀ ਹੈ ਸਾਡੀ ਰਸੋਈ ਅਤੇ ਕਿੱਦਾਂ ਦੀ ਲੱਗੀ ਸਾਡੀ ਇਹ ਵੀਡੀਓ ਜ਼ਰੂਰ ਦੱਸਿਓ ਸਾਨੂੰ ਕਮੈਂਟ ਕਰਕੇ ਠੀਕ ਹੈ ਜੀ ਅਤੇ ਬਾਕੀ ਬਹੁਤ ਸਾਰਾ ਪਿਆਰ ਦਈਓ ਮੇਰੀ ਇਹ ਵੀਡੀਓ ਨੂੰ ਵੀ ਜਿੱਦਾਂ ਦੂਸਰੀਆਂ ਪੀੜ੍ਹੀਆਂ ਨੂੰ ਪਿਆਰ ਦਿੰਦੇ ਹੋ ਨਾ ਤੁਸੀਂ ਇਹਨੂੰ ਵੀ ਇੱਦਾਂ ਹੀ ਪਿਆਰ ਦੇਣਾ ਬਸ ਬਹੁਤ ਮਿਹਨਤ ਲੱਗਦੀ ਹੈ ਜੀ ਸੱਚ ਪੁੱਛੋ ਨਾ ਵੀਡੀਓ ਬਣਾਉਣ 'ਚ ਕੰਮ ਕਰਨ 'ਚ ਐਡਿਟ ਕਰਨ 'ਚ ਹਰ ਚੀਜ਼ 'ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਬਹੁਤ ਹੀ ਮਿਹਨਤ ਕਰਦੇ ਹਾਂ ਅਸੀਂ ਤੁਹਾਡੇ ਬਸ ਕਹਿਣਾ ਆਸ਼ੀਰਵਾਦ ਹੁੰਦੇ ਵਧੀਆ ਵਧੀਆ ਜੇ ਤੁਸੀਂ ਲਾਈਕ ਕਰਦਿਆ ਕਰੋ ਨਾਰੀ ਦਾ ਪੋਚਾ ਵੱਜੇ ਫਿਰ ਵੀ ਕੋਈ ਮੱਖੀ ਨਹੀਂ ਰਹੀ ਅੰਮੀ ਰਹੋ ਜੇ ਹੁਣ ਇੱਕ ਵਾਰ ਬੰਦ ਕਰ ਦਾਂਗੇ ਇਸ
ਲਓ ਗਾਈਸ, ਹੋ ਗਈ ਸਾਡੀ ਸਾਰੀ ਚੰਗੀ ਤਰ੍ਹਾਂ ਡੀਪ ਐਂਡ ਕਲੀਨ ਹੋ ਗਿਆ, ਬਿਲਕੁਲ ਡੀਪ ਕਲੀਨਿੰਗ ਕਹਿ ਦਿੰਦੇ ਹਾਂ ਜਿਹਨੂੰ ਉਹ ਕਰਤੀ ਆਪਾਂ ਰਸੋਈ, ਦੇਖ ਲਓ ਬਿਲਕੁਲ ਚਮਕਾ ਦਿੱਤੀ ਹੈ ਅਤੇ ਪਿਆਰਾ ਜਿਹਾ ਲਾਈਕ ਤਾਂ ਦੇਖੋ ਬਣਦਾ ਹੀ ਹੈ, ਹੈ ਨਾ। ਅਤੇ ਥੈਂਕ ਯੂ ਸੋ ਮੱਚ, ਥੱਕ ਗਿਆ ਸੱਚੀ ਮੁੱਚੇ ਅਸੀਂ ਅੱਜ ਬਹੁਤ ਸਾਰੇ। ਬਾਕੀ ਮਿਲਦੇ ਹਾਂ ਕੱਲ੍ਹ ਤੁਹਾਨੂੰ ਨਵੇਂ ਵਲੌਗ ਵਿੱਚ ਜੀ। ਸਤਿ ਸ਼੍ਰੀ ਅਕਾਲ, ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ, ਠੀਕ ਹੈ ਜੀ।